इसे परमात्मा का चमत्कार कहें या कुछ और, परंतु लुधियाना में ऐसी घटना सामने आई है जिसको देखकर हर कोई भगवान भोलेनाथ को याद कर रहा है। लुधियाना के गुरपाल नगर में प्राचीन शिव मंदिर की खुदाई दौरान 5 शिवलिंग, 2 नागों का जोड़ा और कई पुरातन सिक्के निकले हैं। शिवलिंग और नागों के जोड़े निकलने की खबर जैसे ही लोगों को मिली तो मंदिर में आने वालों का तांता लग गया। नहीं ऐसे जी, हमें पता नहीं था यहाँ पर शिवलिंग है। असल में यहाँ पर पहले एक पुरातन शिवलिंग लगा था, बहुत पुराना सीमेंटेड, जो हमने पूरी विधि के द्वारा वो खंडित हो गया था। विधि के द्वारा उसको उठा दिया। उनको उठाने के बाद जब हमने देखा कि जगह पोली थी, नीचे से खोखली थी, तो हमने यहाँ पर खुदाई शुरू करवाई भी, यहाँ पर लेंटर डाल दे, सरिया डालकर, ताकि जो नीचे को जो शिवालय दबे ना। जैसे हमने खुदाई शुरू की जी, नीचे से 2 नाग निकले जी। घुमा घुमा हमें छड़ी ना, चलो भी कमाओ। पंडित जी आंखें बनी हुई यार, आंखें बनी हुई यार। देखो मत पता कटे बोलना। लगे नहीं शिवलिंग वो शंकर भगवान की जय। बोले भंडारी की जय। और ब्लॉग कहते शक्ति पीठ नहीं है गया, फालतू करने का नहीं है, फालतू करने का। हर हर महादेव जी विषम शिव पालो। ए दिखाइए मैं हाथ ऊपर करिए, हाथ ऊपर कर भाई, हाथ ऊपर करिए। कहते निकाल दे चुप बात कर। मैं बहुत थक गई यार, मैं फ्लोर ते खड़ी हुई सी ना, ताकत सो गई सी। शुगर तुम फोन आ गया, दिला अंदर दे 800 साल। हां पजे आई है, फोन निकले फोन कीता, दाल पजे आई है।
ਪਾਣੀ ਪਿਆ ਮੈਨੂੰ ਥੋੜੀ ਦੇਰ ਹੋਰ ਛੱਡ ਜਾ, ਗਣੇਸ਼ ਕਾਰਤਿਕ ਵੀ ਨਿਕਲਾ ਹੈ। ਸਰ ਮੈਂ ਨਾ ਹਰਵਿੰਦਰ ਸਿੰਘ ਹੈ ਜੀ, ਕੋਟ ਮੰਗਲ ਸਿੰਘ, ਗੁਰਪਾਲ ਨਗਰ, ਗਲੀ ਨੰਬਰ 17-1, ਕੋਟ ਮੰਗਲ ਸਿੰਘ, ਲੁਧਿਆਣਾ, ਪੰਜਾਬ ਤੋਂ। ਇਹ ਮੰਦਰ ਹੈ ਜੀ ਪ੍ਰਾਚੀਨ ਸ਼ਿਵ ਮਹਿਮਾ ਮੰਦਰ, ਪ੍ਰਾਚੀਨ ਸ਼ਨੀ ਮਹਿਮਾ ਮੰਦਰ। ਇੱਥੇ ਅਸੀਂ ਨਾ ਪਹਿਲਾਂ ਇੱਕ ਪੁਰਾਣਾ ਸ਼ਿਵਲਿੰਗ ਲੱਗਿਆ ਹੁੰਦਾ ਸੀਗਾ, ਉਹ 2-3 ਦਿਨ ਪਹਿਲਾਂ ਅਸੀਂ ਪੂਜਾ ਪਾਠ ਦੁਆਰਾ ਉਠਾਤਾ ਅਤੇ ਨਵਾਂ ਸ਼ਿਵਲਿੰਗ ਲਾਉਣਾ ਸੀ, ਅਸੀਂ ਜੈਪੁਰ ਤੋਂ ਮੰਗਾ ਲਿਆ ਜੀ। ਅਤੇ ਇਹ ਜਗ੍ਹਾ ਪੋਲੀ ਸੀ, ਥੱਲੇ ਕੋਲ ਪੈਰ ਮਾਰਦੇ ਸੀ ਆਵਾਜ਼ ਆਉਂਦੀ ਠੱਕ ਠੱਕ ਦੀ। ਅਸੀਂ ਕਿਹਾ ਵੀ ਥੱਲੇ ਖਾਲੀ ਹੋ ਸਕਦਾ ਆ ਅਤੇ ਇਹਦੀ ਖੁਦਾਈ ਕਰ ਲਈਏ, ਥੱਲੇ ਖੁਦਾਈ ਕਰਕੇ ਥੱਲੇ ਸਰੀਏ ਪਾ ਕੇ ਲੈਂਟਰ ਪਾ ਦਈਏ ਤਾਂ ਜੋ ਕੱਲ੍ਹ ਸ਼ਿਵਾਲੇ ਬਿਠਾਈਏ ਅਤੇ ਨੀਚੇ ਨਾ ਬੈਠੇ। ਜਿੱਦਾਂ ਹੀ ਅਸੀਂ ਖੁਦਾਈ ਕਰਨੀ ਸ਼ੁਰੂ ਕੀਤੀ, ਸਾਡੇ ਲੇਬਰ ਨੇ ਉਹਨੇ ਸਰੀਏ ਮਾਰੇ, ਕਾਫੀ ਪੋਲਾ ਸੀ, ਸਰੀਏ ਮਾਰੇ ਅਤੇ ਸ਼ਿਵਲਿੰਗ ਜਿਹੜੇ ਨੀਚੇ ਸੀਗੇ ਅਤੇ ਉਹਨਾਂ ਉੱਪਰ ਨਾਗ ਬੈਠੇ ਸੀਗੇ, ਜੋ ਸਾਡੀ ਸੋਚ ਹੈ ਜੀ। ਜਿੰਨੇ ਸ਼ਿਵਲਿੰਗ ਸੀ ਉਹ ਅਤੇ ਉੱਪਰ ਨਾਗ ਸੀਗੇ, ਸਾਰੇ ਜ਼ਖਮੀ ਹੋ ਗਏ ਜੀ, ਦੋ ਸੀਗੇ ਜੀ। ਅਤੇ ਉਹਨਾਂ ਨੇ ਐਂ ਸਰੀਏ ਨਾਲ ਕੱਢ ਕੇ ਬਾਹਰ ਕਰਸਾਤੇ, ਕਹਿੰਦੇ ਜੀ ਦੇਖੋ ਵਿੱਚ ਮੈਂ ਕਿਆ ਨਿਕਲਾ ਜੀ ਭਈਏ, ਕਹਿੰਦੇ ਸੀਗਾ ਠੀਕ ਹੈ ਜੀ। ਅਸੀਂ ਚੱਕ ਕੇ ਡੱਬੇ 'ਚ ਪਾ ਲਏ, ਉਸ ਤੋਂ ਬਾਅਦ ਖੁਦਾਈ ਹੋਰ ਅਸੀਂ ਨੀਚੇ ਲੈ ਗਏ ਜੀ। ਉਸ ਤੋਂ ਬਾਅਦ ਥੱਲੇ ਸ਼ੰਖ ਨਿਕਲਿਆ ਜੀ, ਜੋ ਦੁਆਪਰ ਯੁੱਗ ਦੱਸਿਆ ਜਾਂਦਾ। ਜਦ ਅਸੀਂ ਸੰਖ ਨੂੰ ਪਾਣੀ ਨਾਲ ਧੋਤਾ ਅਤੇ ਵਿੱਚੋਂ ਸਿੱਕਾ ਨਿਕਲਿਆ ਕਿ ਈਸਟ ਇੰਡੀਆ ਕੰਪਨੀ ਟਾਈਮ ਦਾ, ਸਨ 1616 ਈਸਵੀ ਦਾ। ਜਦ ਹੋਰ ਅਸੀਂ ਖੁਦਾਈ ਕੀਤੀ ਅਤੇ ਪਿੱਪਲ ਦੀ ਜੜ੍ਹ ਦੇ ਨਾਲ ਦੋ ਸ਼ਿਵਲਿੰਗ ਪਏ ਸੀ ਜੀ, ਇੱਕ ਦੇ ਉੱਤੇ ਓਮ ਬਣਿਆ ਹੋਇਆ ਜੀ ਅਤੇ ਭਗਵਾਨ ਦੇ ਦੋ ਨੇਤਰ ਬਣੇ ਹੋਏ ਨੇ, ਦੂਸਰੇ ਸ਼ਿਵਲਿੰਗ 'ਤੇ ਵੀ ਓਮ ਬਣਿਆ ਹੋਇਆ ਜੀ। ਉਹ ਸ਼ਿਵਲਿੰਗ ਕੱਢੇ ਅਸੀਂ ਜੀ ਮੰਦਰ ਵਿਰਾਜਮਾਨ ਕਰਤੇ। ਜਦ ਅਸੀਂ ਹੋਰ ਖੁਦਾਈ ਕਰਦੇ ਥੱਲੇ ਗਏ, ਪਿੱਪਲ ਦੀ ਜੜ੍ਹ ਦੇ ਥੱਲੇ ਚਲ ਗਏ ਅਤੇ ਜੜ੍ਹ ਦੇ ਥੱਲੇ ਤਿੰਨ ਸ਼ਿਵਲਿੰਗ ਹੋਰ ਨਿਕਲੇ ਜੀ, ਇੱਕ 'ਤੇ ਭਗਵਾਨ ਦੇ ਨੇਤਰ ਬਣੇ ਹੋਏ ਜੀ, ਇੱਕ 'ਤੇ ਓਮ ਅਤੇ ਤ੍ਰਿਸ਼ੂਲ ਬਣਿਆ ਹੋਇਆ, ਇੱਕ 'ਤੇ ਭਗਵਾਨ ਦੇ ਤਿਲਕ ਲੱਗਿਆ ਹੋਇਆ ਅਤੇ ਜਨੇਊ ਪਾਇਆ ਹੋਇਆ ਉਹਨਾਂ ਦੇ। ਇਹ 5 ਸ਼ਿਵਲਿੰਗ ਅਸੀਂ ਮੰਦਰ 'ਚ ਸਥਾਪਿਤ ਕੀਤੇ ਆ ਜੀ। ਸਾਡੀ ਇਹ ਸੋਚ ਹੈ ਵੀ ਭਗਵਾਨ ਜੀ ਪੂਰੇ ਪਰਿਵਾਰ ਸਮੇਤ ਇਸ ਜਗ੍ਹਾ 'ਤੇ ਵਿਰਾਜਮਾਨ ਸੀ ਅਤੇ ਸਮੇਂ ਦੀ ਇੰਤਜ਼ਾਰ ਕਰ ਰਹੇ ਸੀ ਜਦੋਂ ਇਹ ਬਾਹਰ ਆਉਣ ਜੀ। ਸਰ ਇੱਕ ਪਾਸੇ ਅਮਰਨਾਥ ਯਾਤਰਾ ਚੱਲ ਰਹੀ ਹੈ, ਦੂਜੇ ਪਾਸੇ ਸ਼ਿਵਲਿੰਗ ਨਿਕਲਣਾ, ਕਿੰਨੀ ਵੱਡੀ ਗੱਲ ਮੰਨਦੇ ਹੋ? ਬਹੁਤ ਵੱਡੀ ਗੱਲ ਹੈ ਜੀ, ਭਗਤਾਂ ਦੀ ਆਸਥਾ ਦੇਖੋ ਜੀ, ਸੰਗਤਾਂ ਦੀ ਬਹੁਤ ਸ਼ਰਧਾ। ਸਵੇਰ ਦੇ ਇੱਥੇ ਹਜ਼ਾਰਾਂ ਸ਼ਰਧਾਲੂ ਆ ਕੇ ਭਗਵਾਨ ਦੇ ਦਰਸ਼ਨ ਕਰਕੇ ਜਾ ਚੁੱਕੇ ਨੇ। ਜਿੰਨੇ ਵੀ ਸ਼ਰਧਾਲੂ ਆਏ ਨੇ ਉਹਨਾਂ 'ਚ ਕੁਝ ਬਜ਼ੁਰਗ ਵੀ ਆਏ ਸੀ ਜੀ, ਅਤੇ ਬਜ਼ੁਰਗਾਂ ਨੇ ਦੱਸਿਆ ਜੀ ਵਾਕਈ ਉਹ ਪੁਰਾਤਨ ਸ਼ਿਵਲਿੰਗ ਨੇ, ਜਿਹੜੀ ਮਾਲਾ ਜਾਂ ਸ਼ਿਵਲਿੰਗ ਨਿਕਲੀ ਰੁਦਰਾਕਸ਼ ਦੀ,
ਉਹ ਵਾਸਤੇ ਵਿੱਚ ਹੀ ਬੜੀ ਪੁਰਾਤਨ ਹੈ ਜੀ। ਸਾਡੀ ਮੰਗ ਹੈ ਜੀ ਇਹ ਜਗ੍ਹਾ ਆਰਮੀ ਕੈਂਪ 'ਚ ਆਉਂਦੀ ਆ, ਜੇ ਹੋ ਸਕੇ ਸਰਕਾਰ ਨੂੰ ਬੇਨਤੀ ਆ ਸਾਡੀ ਸਾਨੂੰ 100-200 ਗਜ਼ ਜਗ੍ਹਾ ਮੰਦਰ ਵਾਸਤੇ ਦੇ ਦਿੱਤੀ ਜਾਵੇ ਤਾਂ ਜੋ ਸਾਡਾ ਮੰਦਰ ਥੋੜ੍ਹਾ ਜਿਹਾ ਹੋਰ ਵੱਡਾ ਹੋ ਜਾਵੇ। ਸੁਖਵਿੰਦਰ ਕੌਰ, ਅਸੀਂ ਮੋਬਾਈਲ 'ਤੇ ਹੁਣ ਫੇਸਬੁੱਕ 'ਤੇ ਲਗਾ ਦੇਖਿਆ ਸੀਗਾ ਅਤੇ ਇਸ ਕਰਕੇ ਚਲੋ ਜਾ ਕੇ ਦਰਸ਼ਨ ਕਰੇ ਆਈਏ ਅਸੀਂ। ਕੀ ਤੁਸੀਂ ਦੇਖਿਆ ਸੀ? ਅਸੀਂ ਆਹੀ ਵੀ ਸ਼ਿਵਲਿੰਗ ਦਾ ਹੀ ਦੇਖਿਆ ਸੀਗਾ ਵੀ ਪੱਥਰ ਐਂ ਕਰਕੇ ਵੀ ਨਿਕਲੇ, ਨਾਲੇ ਸਿੱਕੇ ਨਿਕਲੇ ਆ ਅਤੇ ਸ਼ੰਖ ਨਿਕਲੇ ਵਾ, ਜਾ ਕੇ ਇਸ ਕਰਕੇ ਦੇਖ ਕੇ ਦਰਸ਼ਨ ਕਰੇ ਆਈਏ। ਮੇਰਾ ਨਾਮ ਇੰਦਰਜੀਤ ਕੰਡਾ ਜੀ, ਮੈਂ ਸ਼ਿਮਲਾਪੁਰੀ ਫਰੀਦ ਨਗਰ ਤੋਂ ਆਇਆ ਜੀ। ਮੰਦਿਰ ਦੇ ਵਿੱਚ ਅੱਜ ਪੇਪਰ ਦੇ ਵਿੱਚ ਨਿਊਜ਼ ਪੜ੍ਹੀ ਸੀਗੀ ਵੀ ਇਸ ਤਰ੍ਹਾਂ ਕਰਕੇ ਭਗਵਾਨ ਭੋਲੇਨਾਥ ਜੀ ਦੇ 5 ਸ਼ਿਵਲਿੰਗ ਜੋ ਕਿ ਜ਼ਮੀਨ ਤੋਂ ਨਿਕਲੇ ਆ, ਖੁਦਾਈ ਦੇ ਸਮੇਂ ਮੰਦਿਰ ਦਾ ਰਿਪੇਅਰ ਦਾ ਕੰਮ ਚੱਲ ਰਿਹਾ ਸੀ ਅਤੇ ਇਸ ਕਰਕੇ ਸਾਨੂੰ ਪਤਾ ਲੱਗਿਆ ਅਸੀਂ ਪਰਿਵਾਰ ਸਾਹਿਤ ਮੰਦਿਰ ਦੇ ਵਿੱਚ ਜੋ ਸ਼ਿਵਲਿੰਗ ਔਰ ਰੁਦਰਾਕਸ਼ ਜਾਂ ਸਿੱਕੇ ਪੁਰਾਤਨ ਸਮੇਂ ਦੇ ਨਿਕਲੇ ਆ ਉਹਨਾਂ ਦੇ ਅਸੀਂ ਦਰਸ਼ਨ ਕਰਨ ਵਾਸਤੇ ਇੱਥੇ ਆਏ ਹਾਂ। ਫੋਨ ਆਏ ਤਹਿਸੀਲਦਾਰ ਦੇ ਪਟਵਾਰੀ ਜੀ।